पेप्सी चालू करती है बंदे ने पीनी छड़ भी दियो उत्थे जोगी गड्डी दे ड्राइवर साहब ने सानू मां लक्ष्मी माता दे मंदिर रोकिया कहिंदे इत्थों भी मत्था टेक के जाओ। लो जी मंदिर दे अंदर आ गए हां। लो जी बस आ गई अपनी फाइनली आ गए हैं घर। बड़े थके टुटे पे हैं अस। आप चंदन भरा भी मेरे अगे अगे जा रहा कहिंदा मोटरसाइकिल तेनू घरे छड्डे। लो भी वड्डे भाजी बंदिया ने कर लिया है चेकआउट चले आ साला सर बाला जी पैदल जाना है थोड़ी दूर उस तो बाद गड्डी फड़नी है बाला जी वास्ते ढाई घंटे का रस्ता है ते गर्मी बहुत ज्यादा है जी। टाइम तो 10 ही बजे है पर गर्मी बहुत ज्यादा हो गई है जी। पेप्सियां पुप्सियां चक लिया इन्होंने पीने वास्ते। चलो जी चलते हैं फिर दिखाने अगे। पेप्सी फड़ाती है मैनू ते आप भज गया या। पेप्सी चालू करती है बंदे ने पीनी छड़ भी दियो उत्थे जोगी गर्मी दा प्रभाव पै रिहा भरावा उत्थे पहुंचे नहीं पेप्सी पी रहे एनर्जी लै रहे हैं बंदे है वड्डे भाजी एनर्जी लै रहे हैं बंदे। तो गन्ने का जूस पी लो है ओए गन्ने का जूस ही पी लो यार दा प्रभाव महंगा है बाहर आना है बाहर दे दा यार जी मैं हल तक खुला ही लैके आयो आपा उठे सीगे पागल हैगा वा आ ले लो पहला सानू कहिंदा आ जी उत्थे जाना आ हुण फिर वापस लैके जान लगा आ इहनू देख लो पता नहीं लगदा पहला सानू इधर लै आया वा फिर वापस लैके चला आ देख लो इहदे कम। लो जी गड्डी आ गई अपनी ते चले आ सारे बह के श्री बाला जी महाराज दे दिखाउने आ बाकी तुहानू। आ जी अपनी गड्डी आप बहन लगे आ उदित भाजी सुनील भाजी सारे बह गए आ आप भी हूँ इधरों बहने मणि भाजी अगे बह गए हाँ जी जे पाया तो कहना बैग फड़ ला। लो जी आ तुर पे हैं बोलो बालाजी महाराज की बालाजी महाराज की चलो अंदरों तो नहीं दिखा पाए पर उन्होंने कहा कि मन्नत वास्ते धागे दिते सी सो असी इत्थे बन दित्ती रसम ही है एक जी। तो जी मत्था टेक के आ गए हैं वापस बाकी अंदर का महामाई का नज़ारा बहुत ही वधिया बहुत ही अंदर मंदिर का माहौल बहुत ही वधिया। ਦੇਖ ਲਾ ਮੱਥਾ ਮਣੀ ਭਾਜੀ ਹਾਂਜੀ ਹਾਂਜੀ ਭਾਜੀ ਮੱਥਾ ਕਿੱਦਾਂ ਦਾ ਲੱਗਾ ਭਾਜੀ ਮੱਥਾ ਟੇਕ ਕੇ ਬਹੁਤ ਵਧੀਆ ਭਾਜੀ ਦਿਲ ਨੂੰ ਮਿਲਿਆ ਸਕੂਨ ਰੂਹ ਨੂੰ ਬਹੁਤ ਹੀ ਵਧੀਆ ਸੀ ਅੰਦਰ ਦਾ ਮਾਹੌਲ ਅੰਦਰ ਦਾ ਨਜ਼ਾਰਾ।
ਡਰਾਈਵਰ ਸਾਹਿਬ ਸਾਨੂੰ ਜੀਣ ਮਾਤਾ ਜੀ ਦੇ ਮੰਦਿਰ ਤੇ ਲੈ ਕੇ ਆਏ ਆ। ਕਹਿੰਦੇ ਤੁਸੀਂ ਬਾਲਾ ਜੀ ਦਾ ਚੱਲੇ ਹੋ ਤੇ ਇੱਥੋਂ ਹੀ ਹੁੰਦੇ ਜਾਓ। ਤਾਂ ਹੁਣ ਚੱਲੇ ਆ ਜੀ ਭਰਾ ਹੁਣੀ ਸਾਰੇ। ਹਾਂਜੀ ਚੱਲੀਏ ਫੇਰ ਮਾਤਾ ਦੇ। ਇਹ ਵੀ ਚੜਾਈਆਂ ਵਾਲਾ ਹਿਸਾਬ ਹੀ ਆ ਜੀ, ਪਹਾੜਾ ਦੇਖੋ ਕਿੱਡੇ ਕਿੱਡੇ। ਆਓ ਜੀ ਚੱਲੇ ਆ ਜੀਣ ਮਾਤਾ ਦੇ ਮੰਦਿਰ। ਸਾਰਿਆਂ ਨੂੰ ਜੈ ਮਾਤਾ ਦੀ ਜੀ। ਰਾਜਸਥਾਨ ਵੀ ਜੀ ਆਹ ਦੇਖ ਲਓ, ਪਹਾੜਾਂ ਦੇ ਵਿੱਚ ਹੀ ਆ ਮਾਤਾ ਦਾ ਮੰਦਿਰ। ਅਤੇ ਆਪਾਂ ਹਿਮਾਚਲ ਜਾਈਏ, ਉੱਥੇ ਵੀ ਪਹਾੜਾਂ 'ਚ ਹੀ ਹੈ ਜੀ ਮਾਤਾ ਦਾ ਵਾਸ। ਸਾਰਿਆਂ ਨੂੰ ਜੈ ਮਾਤਾ ਦੀ ਜੀ, ਜਾ ਰਹੇ ਹਾਂ ਜੀ, ਮੱਥਾ ਟੇਕਦੇ ਅੱਗੇ ਦੀ ਜੋ ਵੀ ਆ ਦਿਖਾਉਂਦੇ ਹਾਂ ਜੀ। ਗਰਮੀ ਬਹੁਤ ਜ਼ਿਆਦਾ ਆ, ਮਾਤਾ ਦੇ ਮੰਦਿਰ ਜਾ ਰਹੇ ਹਾਂ ਜੀ। ਥੋੜ੍ਹਾ ਜਿਹਾ ਤੁਰਨਾ ਪੈ ਰਿਹਾ ਆ, ਥੋੜ੍ਹਾ ਜ਼ਿਆਦਾ ਹੀ, ਕਾਫੀ ਰਸ਼ ਵੀ ਹੈਗਾ ਆ। ਬਾਕੀ ਦੇਖਦੇ ਹਾਂ, ਭਰਾ ਹੁਣੀ ਵੀ ਨਾਲ ਚੱਲੇ ਆ, ਪ੍ਰਸ਼ਾਦ ਲੈ ਲਿਆ ਮੱਥਾ ਟੇਕਣ ਲਈ। ਬਾਕੀ ਗਰਮੀ ਤਾਂ ਬਹੁਤ ਹੈ ਜੀ ਇੱਧਰ, ਪਰ ਫਿਰ ਵੀ ਚਲੋ ਸ਼ਰਧਾ ਹੈਗੀ, ਜਾ ਰਹੇ ਹਾਂ। ਹਜੇ ਬਾਲਾ ਜੀ ਦੇ ਮੰਦਿਰ ਜਾਣ ਨੂੰ ਤੁਹਾਨੂੰ ਲੱਗ ਜਾਣਾ ਡੇਢ ਘੰਟਾ ਹੋਰ। ਡਰਾਈਵਰ ਨੇ ਦੱਸਿਆ ਕਿ ਡੇਢ ਘੰਟਾ ਤੁਹਾਨੂੰ ਅਜੇ ਹੋਰ ਲੱਗ ਜਾਣਾ ਆ। ਬਾਕੀ ਕੁਨਾਲ ਭਰਾ ਨੇ ਤਾਂ ਆ ਪੂਰਾ ਗਮਛਾ ਸਿਰ 'ਤੇ ਲਿਆ ਹੋਇਆ, ਪੂਰਾ ਕਵਰ ਕੀਤਾ, ਅੱਜ ਭੂਲ ਭੁਲੱਈਆ ਵਾਲਾ ਬਣਿਆ ਹੋਇਆ ਪੂਰਾ। ਐਨਕ ਵੀ ਲਗਾ ਲਈ ਯਾਰ, ਚੰਗੀ ਨਹੀਂ ਲੱਗਦੀ ਐਨਕ। ਚੱਲ ਕੋਈ ਗੱਲ ਨਹੀਂ, ਆ ਲੱਗਦਾ ਬੂਟ ਜੋੜੇ ਜਮ੍ਹਾਂ ਕਰਦੇ ਪਏ ਜੀ ਇੱਥੇ, ਆਹ ਦੇਖੋ ਲੱਗਦਾ। ਦੇਖੀ ਅੱਗੇ ਪਾਰਟ 2 ਵੀ ਬਣ ਜਾਵੇ ਜੀ ਦੋ ਹਿੱਸਿਆਂ ਦੇ ਵਿੱਚ, ਵਲੋਗ ਬਹੁਤ ਲੰਬਾ ਜ਼ਿਆਦਾ ਹੀ ਹੋ ਜਾਣਾ ਲੱਗਦਾ, ਇਹਨੂੰ ਦੋ ਹਿੱਸਿਆਂ ਦੇ ਵਿੱਚ ਕਰ ਦਿਆਂਗੇ। ਬਾਕੀ ਸੁਨੀਲ ਭਰਾ ਦੇ ਸੱਟ ਲੱਗ ਗਈ ਸੀ ਕੱਲ੍ਹ, ਸੋ ਕੱਲ੍ਹ ਪੱਟ ਨਹੀਂ ਕਹਿ ਸਕਦਾ, ਇੱਕ ਹਿਸਾਬ ਦਾ ਆਸ਼ੀਰਵਾਦ ਹੀ ਲੱਗਦਾ, ਕੋਈ ਗ੍ਰਹਿ ਟਲਵਾ ਬੈਠਾ ਭਰਾ। ਸ੍ਰੀ ਸ਼ਾਮ ਜੀ ਦੇ ਮੰਦਿਰ 'ਚੋਂ ਤੋਂ ਲੈਣ 'ਚ ਲੱਗ ਗਏ ਹਾਂ। ਬਾਕੀ ਕੈਮਰੇ ਦੀ ਉਹਨਾਂ ਨੇ ਮਨਾਈ ਆ ਜੀ, ਇੱਥੇ ਪਾਬੰਦੀ ਆ। ਬਾਕੀ ਮੱਥਾ ਟੇਕਣ ਤੋਂ ਬਾਅਦ ਦਿਖਾਉਣੇ ਬਾਕੀ ਦੀ ਅੱਗੇ ਦੀ ਕਾਰਵਾਈ ਸਾਰੀ। ਲਓ ਜੀ ਮੰਦਿਰ ਦੇ ਅੰਦਰ ਆ ਗਏ ਹਾਂ, ਡੇਢ ਘੰਟੇ ਤੋਂ ਬਾਅਦ ਬਹੁਤ ਲੰਬੀ ਲਾਈਨ ਸੀ ਪਿੱਛੇ ਤੱਕ, ਦੇਖੋ ਜੀ ਲੰਬੀ ਲਾਈਨ ਹੋਈ ਆ। ਬਹੁਤ ਜ਼ਿਆਦਾ ਲੰਬੀ ਲਾਈਨ ਆ, ਜੀ ਮੰਦਿਰ ਤੋਂ ਮੱਥਾ ਟੇਕ ਕੇ ਨਿਕਲ ਆਏ ਹਾਂ ਬਾਹਰ। ਰਸ਼ ਕਿੰਨਾ ਸੀ ਭਾਜੀ? ਕੁਨਾਲ ਭਾਈ ਦਾ ਹਜੇ ਤੱਕ ਸੁਰਤ ਨਹੀਂ ਕਾਇਮ ਹੋਈ, ਬਹੁਤ ਜ਼ਿਆਦਾ ਰਸ਼ ਸੀਗਾ, ਬਹੁਤ ਯਾਨੀ ਕਿ ਸੀ ਜੀ। ਮੱਥਾ ਟੇਕ ਕੇ ਅਸੀਂ ਆ ਗਏ ਹਾਂ ਅਤੇ ਹੁਣ ਜਾਂਦੇ ਪਏ ਹਾਂ ਦੁਬਾਰਾ ਗੱਡੀ ਵੱਲ ਨੂੰ। ਭਰਾ ਮੇਰੇ ਆਹ ਮੇਰੇ ਨਾਲ ਹੀ ਰਹਿੰਦਾ ਹਰ ਵੇਲੇ ਭਰਾ ਸਾਡਾ, ਕੋਚੀ ਭਰਾ। ਬਾਕੀ ਸਾਰੇ ਪਤਾ ਨਹੀਂ, ਆਹ ਦੇਖੋ ਕੋਈ ਕਿੱਥੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ। ਬਾਕੀ ਅਸੀਂ ਦੋਨੇ ਇਕੱਠੇ ਹੀ ਹਾਂ, ਜਾ ਰਹੇ ਹਾਂ ਅਸੀਂ ਪਹਿਲਾਂ ਪਹਿਲਾਂ ਫਰੰਟ ਸੀਟ 'ਤੇ ਜੀ ਜਾ ਕੇ, ਗੱਡੀ ਦੀ ਸਿੱਧੀ ਏ ਸੀ ਦੀ ਹਵਾ ਲੈਣੀ ਆ, ਤਾਂ ਕਰਕੇ ਜਾ ਰਹੇ ਹਾਂ ਜੀ। ਜਾਂਦੇ ਵਾ ਗੱਡੀ 'ਚ ਬਹਿੰਦੇ ਹਾਂ, ਸ਼ਾਇਦ ਇਸ ਤੋਂ ਬਾਅਦ ਸਿੱਧੇ ਸਾਲਾਸਰ ਹੀ ਜਾਣਾ ਆ ਜਾਂ ਹੋਰ ਵੀ ਕਿਸੇ ਮਾਤਾ ਦੇ ਦਰਸ਼ਨ ਕਰਨੇ ਆ, ਫਿਰ ਦੇਖਦੇ ਹਾਂ। ਬਾਕੀ ਵਲੌਗ ਨਾਲ ਬਣੇ ਰਹੋ ਜੀ ਤੁਸੀਂ ਸਾਰੇ, ਅੱਗੇ ਦੀ ਕਾਰਵਾਈ ਦਿਖਾਉਂਦੇ ਹਾਂ। ਲੈਣ ਬੋਲੀ ਇੱਕ ਰੁਪਏ ਬੋਲੀ, ਐਵਰੀ ਡੇ ਇਜ਼ ਨੋਟ ਅ ਸੇਮ ਡੇ। ਬੇਲ ਪੂਰੀਆਂ ਲੈ ਲਈਆਂ ਪ੍ਰਧਾਨ ਨੇ, ਮੂੰਹ ਤੇ ਚੁੰਨੀ ਵੀ ਲੈ ਲਈ ਨਾਲ ਹੀ। ਕੱਲ ਆਹੀ ਟਾਈਮ ਤੇ ਅਸੀਂ ਏਸੀ ਦੇ ਵਿੱਚ ਸੀ, ਸੋਰੀ 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 ਤੇਰਾ ਬਣਾ ਮੈਂ ਤੇ ਪਿੰਡਾ ਪਿੰਡੇ ਸੀ, ਸੋਰੀ। ਕੋਈ ਗੱਲ ਨਹੀਂ, ਤੂੰ ਇੱਥੇ ਬੋਲਣਾ ਉਹਨੇ ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਕੱਲ ਇਸੇ ਟਾਈਮ ਤੇ ਜੀ ਰੂਮ ਦੇ ਵਿੱਚ ਸੀ, ਏਸੀ ਦੇ ਵਿੱਚ ਨਜ਼ਾਰੇ ਲੈਣ ਦੇ ਸੀ। ਚਲੋ ਹਰ ਦਿਨ ਕੁਝ ਨਹੀਂ ਹੁੰਦਾ, ਇਹਦਾ ਨਜ਼ਾਰਾ ਵੀ ਲੱਗਦਾ, ਗਰਮੀਆਂ ਦਾ ਨਜ਼ਾਰਾ ਵੀ ਪੂਰਾ ਲੈ ਲਏ। ਬਾਕੀ ਦਿਨ ਪੂਰਾ ਹੋ ਵੀ ਜਾ ਰਿਹਾ, ਪਿਛਲੇ ਭਾਈ ਤੇ ਬੇਲ ਪੂੜੀਆਂ ਖਾਣ ਚ ਵਿਅਸਤ ਆ ਪੂਰੇ ਪੂਰੇ, ਇੱਕ ਵਾਰੀ ਹੱਥ ਹਿਲਾ ਦਿਓ ਜਰਾ। ਹਾਂ ਮਣੀ ਨਹੀਂ ਇਹ ਸ਼ੋਟ ਇਹਦਾ ਲਾਉਣਾ ਹੀ ਲਾਉਣਾ, ਹੁਣ ਇਹਦਾ ਭਾਜੀ ਵਾਲਾ ਸ਼ੋਟ ਲਾਉਣਾ ਆ। ਲਓ ਜੀ ਆਹ ਪਹਾੜਾਂ ਵਾਲਾ ਸੀਨ ਪੂਰਾ ਪੂਰਾ ਘੈਂਟ ਆ, ਦਿਖਾਉਂਦੇ ਆ।
लो जी बहुत बहुत मुश्किलों के बाद अं पहुंच गए जी बाला जी मंदिर दिखाने तू जी। लो जी पहुंच गए जी बाला जी मंदिर अपने वास्ते तो सारे वास्ते लाने फरियाद। लो जी आ गए अंदर बाबा जी दरबार से जा रहे हैं जी। एक साच लो जी जकारे लग रहे हैं पूरे पूरे बाबा जी दे बाला जी महाराज दे पूरे पूरे जकारे लग रहे हैं जी। बाकी लाइन तो बहुत लंबी है इत्थे भी जी देखते हैं अगे का सफर। लो जी सलासर धाम आ तो गए सी पर मत्था नहीं टेक होया साडे कोलों क्योंकि वीकेंड ते रश बहुत ज़्यादा सी जी फिर भी बाहरों मत्था टेक के असी हुण चले हाँ वापस रिंगस खाटू श्याम जी के दरबार वाली साइड उतों फिर अपने लगेज वगैरह चकांगे बैग वगैरह चक के फिर शामी 8 बजे साड़ी बस आ 2 घंटे सानू 3 इतों भी जाण नू लग जाने वापस बस फड़ांगे तो फिर जावांगे वापस जलंधर। बाकी देखते हैं जी अगले सफर जी चले हुण वापसी दर्शन करके। लो जी मुंडे हो गए तैयार हुण वापसी ली 8 बजे की हैगी आ बस सो जा रहे हैं वापस भार चक्के पए ने हुण इन्हां नूं भार लगता पिया आने वाली नहीं सी भार लग रहा। चलो कोई गल नहीं हुण अगली वारी कदों आ रहे हैं हैं अच्छा जदों बाबा जी बुलाणगे चलो ठीक है जी चल पे हाँ वापसी समान जी की भी शॉपिंग वगैरह करनी सी कर ली आ हुण जा रहे हैं घर वापसी 8 बजे की हैगी बस तो 8 बजे इतों बैठा गए तो सवेरे 8 बजे जलंधर लग जानी है जी बस सो बाकी अगे का सफर जलंधर तक का दिखाने जी मजाक हो रहा जी चले घर वापस बस फड़न जा रहे हैं जी रिंगस जय श्री श्याम लो जी बस आ गई अपनी जलंधर वाली अस लगे हैं चढ़न बस च फाइनली आ गए हैं घर बड़े थके टुटे पे हैं अस आप चंदन भरा भी मेरे अगे अगे जा रहा कहना मोटरसाइकिल तेन घरे छाड़े होना हूँ देखते हैं भरा कितनी देर तक छड़ के जल्दी जल्दी छड़ जा भरा घरे मैनू अगे आप तुरी जाता तो सानू पिछे पिछे छड़िया पिया किन्ने टाइम लाएगा घरे छड़न नू है वे 2 मिनट चल फिर जल्दी कर